ਗੁਰਦਾਸਪੁਰ ਦੇ ਮਹਿਰਚੰਦ ਰੋਡ ਤੇ ਸਥਿਤ ਇੱਕ ਕੁਰੀਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ ਲੱਗੀ ਅੱਗ। ਅੱਗ ਦੇ ਕਾਰਨ ਲੱਖਾਂ ਦਾ ਸਮਾਨ ਹੋਇਆ ਸੜ ਕੇ ਸਵਾ, ਦੁਕਾਨਦਾਰ ਦਾ ਹੋਇਆ ਲੱਖਾਂ ਦਾ ਨੁਕਸਾਨ। ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ। ਗੁਰਦਾਸਪੁਰ ਤੋਂ ਜੋਗਿੰਦਰ ਪਾਲ ਦੀ ਰਿਪੋਰਟ, ਲਾਈਵ ਭਾਰਤ। ਇਹ ਭਾਜੀ ਸਾਡਾ ਕਲੈਂਟ ਇੰਡੀਆ ਦਫ਼ਤਰ, ਕੋਰੀ ਦਫ਼ਤਰ, ਐਮਾਜ਼ੋਨ ਦੇ ਪਾਰਸਲ ਹੁੰਦੇ ਸਾਡੇ ਕੋਲ, ਤੇ ਰਾਤ ਕੋਈ ਸ਼ਾਰਟ ਸਰਕਟ ਨਾਲ ਇੱਥੇ ਅੱਗ ਲੱਗ ਗਈ ਆ। ਕਿੰਨਾ ਕੁ ਨੁਕਸਾਨ ਹੋਇਆ? ਇਹ ਕੋਈ 5-7 ਲੱਖ ਦਾ ਹੋ ਗਿਆ। ਇਹਦੇ 'ਚ ਭਾਜੀ ਮੋਬਾਈਲ ਹੁੰਦੇ ਆ ਕਸਟਮਰ ਦੇ, ਮਹਿੰਗੇ ਮਹਿੰਗੇ ਫੋਨ ਹੁੰਦੇ ਆ, ਉਹ ਸੜ ਗਏ, ਔਰ ਬਥੇਰੇ ਛੋਟੇ ਮੋਟੇ ਪਾਰਸਲ, ਕੰਪਿਊਟਰ ਸਾਰੇ ਸੜ ਗਏ ਆ, ਪ੍ਰਿੰਟਰ ਪਏ ਇੱਥੇ ਮਹਿੰਗੇ ਮਹਿੰਗੇ, ਉਹ ਵੀ ਸੜ ਗਏ ਆ। ਕਿੰਨੇ ਕੱਲ੍ਹ ਸ਼ਾਮੀ 7:30 ਬੰਦ ਕੀਤਾ ਸੀ ਅਤੇ ਰਾਤ ਨੂੰ ਅੱਗ ਲੱਗੀ, ਸਵੇਰੇ 5 ਵਜੇ ਆਣ ਕੇ ਖੋਲਿਆ, ਉਦੋਂ ਸੜ ਗਿਆ ਸਭ ਕੁਝ। ਫਿਰ ਅੱਗ ਕਿੱਦਾਂ ਬੁਝਾਈ? ਅੱਗ ਸਰ ਥੋੜ੍ਹੀ ਬਹੁਤੀ ਜਿਹੜੀ ਲੱਗੀ, ਉਹਦੇ ਨਾਲ ਫਾਇਰ ਵਧਾ ਤੀ ਉਹਦੇ ਨਾਲ, ਅਤੇ ਬਾਕੀ ਤਾਂ ਬੁਝ ਗਈ ਆਪ ਹੀ। ਹਾਂਜੀ ਆਏ ਆ ਭਾਜੀ, ਸਾਡੇ ਸੀਨੀਅਰ ਮੈਨੇਜਰ ਆਏ ਆ, ਆਉਂਦੇ ਆ, ਉਹ ਇੱਥੇ ਆਉਣ ਲੱਗੇ ਥੋੜ੍ਹੀ ਦੇਰ ਤੱਕ। ਉਹਨਾਂ ਨੂੰ ਸੂਚਨਾ ਦਿੱਤੀ ਆ? ਹਾਂਜੀ ਦਿੱਤੀ ਆ।